ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਸੰਡੇ, ਛੁੱਟੀਆਂ ਚੱਲਣ ਡੀਆਂ, ਮਾਰਚ ਬ੍ਰੇਕ ਚੱਲਣ ਡਿਆ, ਤਾਂ ਯਾਰ ਕਾਲਜ ਕੁਲਜ 'ਤੇ ਜਾਣ ਨਹੀਂ ਡੇ, ਅਤੇ ਵੀਡੀਓਜ਼ ਬਣ ਨਹੀਂ ਪਾਉਣੀਆਂ ਹੁਣ ਹਫ਼ਤਾ ਭਰ, ਤਾਂ ਹੀ ਕਰਕੇ ਇੱਦਾਂ ਹੀ ਬਸ ਨੋਰਮਲ ਬਣਾਵਾਂਗੇ। ਅਤੇ ਅੱਜ ਦੀ ਵੀਡੀਓ ਕੋਈ ਵਲੋਗ ਨਹੀਂ ਆ, ਬਸ ਇੱਦਾਂ ਥੋੜ੍ਹੀ ਬਹੁਤ ਇਨਫੋਰਮੇਸ਼ਨ, ਮਤਲਬ ਮੈਨੂੰ 2-2.5 ਮਹੀਨੇ ਹੋ ਗਏ ਆ ਇਹਨੂੰ, ਅਤੇ ਮੈਨੂੰ ਅਜੇ ਤੱਕ ਜੋ ਵੀ ਲੱਗਾ ਮੈਂ ਉਹ ਦੱਸੂੰਗਾ, ਨਾਲੇ ਕੰਮ ਕੁੰਮ ਦਾ ਕਿੱਦਾਂ ਹੈ ਉਹ ਸਭ ਦੱਸੂੰਗਾ, ਅਤੇ ਕਾਲਜ ਕਿੱਦਾਂ ਹੈ, ਅਤੇ ਨਾਲੇ ਟੋਰੋਂਟੋ ਅਤੇ ਬਰੈਂਪਟਨ ਅਤੇ ਵਿੰਡਸਰ 'ਚ ਮਤਲਬ ਕੀ ਡਿਫਰੈਂਸ ਹੈ ਉਹ ਸਭ ਦੱਸੂੰਗਾ ਅੱਜ ਤੁਹਾਨੂੰ। ਅਤੇ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ। ਹਾਂਜੀ, ਅਤੇ ਸਭ ਤੋਂ ਪਹਿਲਾਂ ਜਿਹੜਾ ਵੀ ਕੋਈ ਨਵਾਂ ਸਟੂਡੈਂਟ ਆਉਂਦਾ ਹੈ, ਸਭ ਤੋਂ ਵੱਡੀ ਚੀਜ਼ ਤਾਂ ਇਹ ਹੀ ਹੁੰਦੀ ਹੈ ਵੀ ਕੰਮ ਲੱਭਣਾ, ਜੋਬ ਮਿਲਦੀ ਹੈ ਕਿ ਨਹੀਂ ਮਿਲਦੀ। ਅਤੇ ਆਹ ਜਿਹੜਾ ਟਾਈਮ ਹੈ ਹੁਣ ਤਾਂ ਰਿਸੈਸ਼ਨ ਚੱਲਣ ਡਿਆ, ਤਾਂ ਕਰਕੇ ਜੋਬਸ ਤਾਂ ਬਹੁਤ ਔਖਾ ਹੋਇਆ ਪਿਆ ਹੈ। ਵਿੰਡਸਰ 'ਚ ਤਾਂ ਚਲੋ ਉੱਦਾਂ ਹੀ ਪਹਿਲਾਂ ਪਹਿਲਾਂ ਹੀ ਕੰਮ ਘੱਟ ਹੁੰਦਾ ਸੀ, ਪਰ ਹੁਣ ਤਾਂ ਬਰੈਂਪਟਨ ਸਾਈਡ ਵੀ ਮਤਲਬ ਬਹੁਤ ਜ਼ਿਆਦਾ ਕੰਮ ਘਟਿਆ ਹੈ, ਜੋਬਾਂ ਮਿਲ ਨਹੀਂ ਡੀਆਂ, ਨਾਲੇ ਜਨਵਰੀ ਇੰਟੇਕ 'ਚ ਤਾਂ ਜਿਹੜੇ ਬੱਚੇ ਆਏ ਸੀ ਜ਼ਿਆਦਾਤਰ ਨੂੰ ਕੰਮ ਨਹੀਂ ਮਿਲਿਆ। ਅਤੇ ਇੱਥੇ ਵਿੰਡਸਰ 'ਚ ਜੇ ਵੇਖੀਏ, ਵਿੰਡਸਰ 'ਚ ਕੰਮ ਤਾਂ ਹੈਗਾ ਹੈ ਪਰ ਥੋੜ੍ਹਾ ਲੱਭਣਾ ਔਖਾ ਹੈ, ਜੇ ਤਾਂ ਲੱਭਦੇ ਰਹੋਗੇ ਤਾਂ ਮਿਲ ਜੂਗਾ, ਪਰ ਬਹੁਤ ਔਖਾ ਹੈ ਲੱਭਣਾ, ਸਟਾਰਟਿੰਗ 'ਚ ਆ ਕੇ ਤਾਂ ਬਹੁਤ ਜ਼ਿਆਦਾ ਔਖਾ ਹੈ। ਜੇ ਤੁਹਾਡੀ ਕੋਈ ਜਾਣ ਪਛਾਣ ਨਹੀਂ ਹੈਗੀ ਫਿਰ ਤਾਂ ਆ ਕੇ ਰਹਿਣਾ ਇੱਥੇ ਥੋੜ੍ਹਾ ਹੈ ਔਖਾ, ਕਿਉਂਕਿ ਸਭ ਕੁਛ ਆਪੇ ਕਰਨਾ ਪੈਂਦਾ ਹੈ। ਪਰ ਬਰੈਂਪਟਨ ਵਗੈਰਾ ਵਾਲੀ ਸਾਈਡ ਇਹ ਹੁੰਦਾ ਜਿਹੜਾ ਵੀ ਕੋਈ ਵੀ ਭਾਵੇਂ ਕਿਤੋਂ ਵੀ ਆਉਂਦਾ, ਕਿਤੋਂ ਨਾ ਕਿਤੋਂ ਕਨੈਕਸ਼ਨ ਕੋਈ ਨਾ ਕੋਈ ਨਿਕਲ ਹੀ ਆਉਂਦਾ ਹੈ ਨਾ, ਪਰ ਇੱਥੇ ਇਹੋ ਜਿਹਾ ਕੋਈ ਨਹੀਂ, ਕਿਉਂਕਿ ਇੱਥੇ ਉਨੇ ਬੰਦੇ ਰਹਿੰਦੇ ਨਹੀਂ ਹੈ, ਅਤੇ ਜਿਹੜੇ ਰਹਿੰਦੇ ਵੀ ਆ ਉਹ ਕਾਲਜ ਕਰਕੇ ਇੱਥੋਂ ਸ਼ਿਫਟ ਹੋ ਜਾਂਦੇ ਆ, ਸ਼ਿਫਟ ਵੀ ਉਹ ਤਾਂ ਹੀ ਕਰਕੇ ਹੁੰਦੇ ਆ ਕਿਉਂਕਿ ਇੱਥੇ ਕੰਮ ਵਗੈਰਾ ਉਨਾ ਨਹੀਂ ਹੈਗਾ। ਇੱਥੇ ਜ਼ਿਆਦਾ ਲੋਕ ਹੁਣ ਉਹੀ ਰਹਿੰਦੇ ਆ ਜਿਹੜੇ ਟਰੱਕਾਂ ਦਾ ਕੰਮ ਕਰਦੇ ਆ ਜਾਂ ਸਭ ਕੰਮ ਕਰਦੇ, ਕਿਉਂਕਿ ਅਮੈਰੀਕਾ ਨਾਲ ਹੀ ਆ, ਇੱਥੋਂ ਸਾਰੇ 10 ਮਿੰਟ ਲੱਗ ਦਿਆ ਜਾਂਦਾ, ਤਾਂ ਕਰਕੇ ਟਰੱਕਾਂ ਵਾਲੇ ਇੱਥੇ ਜ਼ਿਆਦਾ ਸ਼ਿਫਟ ਹੋਣ ਡਿਆ ਹੁਣ। ਅਤੇ ਉਹੀ ਆ, ਕੰਮ ਲੱਭ ਜਾਂਦਾ ਪਰ ਥੋੜ੍ਹਾ ਲੱਭਣਾ ਔਖਾ ਹੈ ਸਟਾਰਟਿੰਗ 'ਚ, ਲੱਭ ਜੂਗਾ। ਅਤੇ ਬਾਕੀ ਅਜੇ ਤਾਂ ਥੋੜ੍ਹਾ ਘੱਟ ਹੀ ਚੱਲਣ ਡਿਆ, ਹੌਲੀ ਹੌਲੀ ਹੁਣ ਜਿੱਦਾਂ ਜਿੱਦਾਂ ਮਤਲਬ ਅੱਗੇ ਟਾਈਮ ਵਧੂਗਾ, ਹੁਣ ਸਪਰਿੰਗ ਆ ਗਿਆ ਤਾਂ ਹੁਣ ਸ਼ਾਇਦ ਥੋੜ੍ਹਾ ਜਿਹਾ ਕੰਮ ਵਧੂਗਾ, ਤਾਂ ਕਰਕੇ ਮਈ ਇੰਡੇ 'ਚ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਸ਼ਾਇਦ ਥੋੜ੍ਹਾ ਫਾਇਦਾ ਹੋ ਜਾਵੇ, ਬਾਕੀ ਪੱਕਾ ਅਜੇ ਕੁਛ ਨਹੀਂ ਕਹਿ ਸਕਦੇ। ਅਤੇ ਦੂਜੀ ਗੱਲ ਐਕਸਪੈਂਸਿਸ ਦੀ ਗੱਲ ਹੁੰਦੀ ਹੈ, ਜਦੋਂ ਵੀ ਕੋਈ ਨਵਾਂ ਆਉਂਦਾ GIC ਤੋਂ ਐਕਸਪੈਂਸਿਸ ਕੱਢਣੇ ਜਾਂ ਜੋ ਵੀ। ਅਤੇ ਬਰੈਂਪਟਨ ਅਤੇ ਟੋਰੋਂਟੋ 'ਚ ਜਿਹੜਾ ਹਾਊਸ ਦਾ ਰੈਂਟ ਆ ਉਹ ਇੱਥੇ ਨਾਲੋਂ ਬਹੁਤ ਜ਼ਿਆਦਾ ਹੈ, ਕਿਉਂਕਿ ਉੱਥੇ ਬੇਸਮੈਂਟ 'ਚ ਵੀ ਮੁੰਡੇ ਰਹਿੰਦੇ ਆ, ਉਹ ਵੀ 6-6.5 ਸੌ ਦੇ ਰਹਿੰਦੇ ਆ, ਅਤੇ ਮੈਂ ਇੱਥੇ ਪ੍ਰਾਈਵੇਟ ਰੂਮ 'ਚ ਰਹਿੰਦਾ ਤਾਂ ਵੀ ਮੇਰਾ ਰੈਂਟ 400-450 ਦੇ ਲਾਗੇ ਆ, ਅਤੇ ਇੰਕਲੂਡਿੰਗ ਯੂਟੀਲਿਟੀਜ਼, ਤਾਂ ਹੀ ਕਰਕੇ ਇੱਥੇ ਰੈਂਟ ਥੋੜ੍ਹਾ ਘੱਟ ਆ। ਅਤੇ ਬਾਕੀ ਜੇ ਤੁਸੀਂ ਗੱਡੀ ਵਗੈਰਾ ਵੀ ਲੈਂਦੇ ਹੋ ਤਾਂ ਬਰੈਂਪਟਨ ਵਾਲੇ ਪਾਸੇ ਥੋੜ੍ਹਾ ਇੰਸ਼ੋਰੈਂਸ ਜ਼ਿਆਦਾ ਪੈਂਦਾ, ਇੱਥੇ ਉਨਾ ਜ਼ਿਆਦਾ ਇੰਸ਼ੋਰੈਂਸ ਨਹੀਂ ਆ, ਅਤੇ ਇਹ ਵੀ ਇੱਕ ਪੋਜ਼ੀਟਿਵ ਪੁਆਇੰਟ ਆ ਇੱਥੇ ਦਾ। ਅਤੇ ਬਾਕੀ ਇੱਕ ਸਜੈਸ਼ਨ ਮੇਰਾ ਇਹ ਵੀ ਆ, ਜਿਹੜੇ ਨਵੇਂ ਸਟੂਡੈਂਟਸ ਆਉਣ ਡਿਆ ਮਾਈ ਇੰਟੇਕ ਜਾਂ ਜਦੋਂ ਵੀ ਉਹਨਾਂ ਨੇ ਆਉਣਾ, ਇੰਡੀਆ ਤੋਂ ਜਿੰਨਾ ਜ਼ਿਆਦਾ ਸਮਾਨ ਲਿਆ ਪਾਓ ਉਨਾ ਜ਼ਿਆਦਾ ਫਾਇਦਾ, ਕਿਉਂਕਿ ਇੱਥੇ ਸਾਰਾ ਕੁਛ ਮਹਿੰਗਾ ਹੀ ਆ, ਅਤੇ ਸਟਾਰਟਿੰਗ 'ਚ ਜੇ ਆ ਕੇ ਕੰਮ ਨਾ ਮਿਲੇ ਤਾਂ ਫਿਰ ਪੈਸਿਆਂ ਦਾ ਥੋੜ੍ਹਾ ਹੁੰਦਾ ਹੀ ਆ, ਅਤੇ ਇੰਡੀਆ ਤੋਂ ਪੈਸੇ ਵੀ ਥੋੜ੍ਹੇ ਬਹੁਤ ਲੈ ਕੇ ਆਇਓ ਵੀ ਤੁਸੀਂ ਸਟੇਬਲ ਰਹੋ, ਅਤੇ ਕਿਉਂਕਿ ਚੀਜ਼ਾਂ ਇੱਥੇ ਬਹੁਤ ਜ਼ਿਆਦਾ ਮਹਿੰਗੀਆਂ, ਅਤੇ ਜਿੰਨਾ ਬੇਸਿਕ ਸਟੱਫ ਤੁਸੀਂ ਲਿਆ ਪਾਓ ਇੰਡੀਆ ਤੋਂ ਉਨਾ ਜ਼ਿਆਦਾ ਤੁਹਾਡੇ ਲਈ ਫਾਇਦਾ ਹੋਊਗਾ। ਬਾਕੀ ਜੇ ਗੱਲ ਕਰੀਏ ਵਿੰਡਸਰ 'ਚ ਉਨੀਆਂ ਜ਼ਿਆਦਾ ਘੁੰਮਣ ਵਾਲੀਆਂ ਜਗ੍ਹਾ ਨਹੀਂ ਹੈਗੀਆਂ, ਪਰ ਬਰੈਂਪਟਨ ਵਗੈਰਾ ਹਾਂ ਜ਼ਿਆਦਾ ਘੁੰਮਣ ਵਾਲੀਆਂ ਜਗ੍ਹਾ ਹੈਗੀਆਂ। ਅਤੇ ਜਿਹੜਾ ਬੰਦਾ ਮਤਲਬ ਥੋੜ੍ਹਾ ਪਾਰਟੀ ਵਗੈਰਾ ਕਰਨ ਦਾ ਸ਼ੌਕੀਨ ਆ ਉਹਦੇ ਲਈ ਤਾਂ ਬਰੈਂਪਟਨ ਹੀ ਵਧੀਆ, ਬਰੈਂਪਟਨ ਟੋਰੋਂਟੋ, ਪਰ ਇੱਥੇ ਵਿੰਡਸਰ 'ਚ ਉਨਾ ਜ਼ਿਆਦਾ ਮਤਲਬ ਨਹੀਂ ਹੈਗਾ। ਅਤੇ ਬਾਕੀ ਮਾੜਾ ਨਹੀਂ ਹੈ, ਵਿੰਡਸਰ ਵੀ ਸ਼ਾਂਤ ਇਲਾਕਾ ਹੈ, ਕੋਈ ਮਤਲਬ ਉੱਥੇ ਖੱਪ ਜ਼ਿਆਦਾ ਪੈਂਦੀ ਬਰੈਂਪਟਨ ਵਾਲੇ ਪਾਸੇ, ਇੱਥੇ ਉਨਾ ਨਹੀਂ, ਇੱਥੇ ਥੋੜ੍ਹਾ ਸ਼ਾਂਤੀ ਰਹਿੰਦਾ ਮਾਹੌਲ। ਅਤੇ ਬਸ ਇਹ ਆ, ਇੱਥੇ ਆਪਣਾ ਜੇ ਕੰਮ ਮਿਲ ਗਿਆ ਫਿਰ ਤਾਂ ਵਧੀਆ, ਜੇ ਕੰਮ ਕਰੋ ਕਾਲਜ ਜਾਓ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੀ, ਲਾਈਫ ਟਾਈਮ ਹੀ ਨਹੀਂ ਮਿਲਦਾ ਬਿਲਕੁਲ ਵੀ। ਹਾਂਜੀ, ਅਤੇ ਜੇ ਆਪਾਂ ਗੱਲ ਕਰੀਏ ਕਾਲਜ ਦੀ, ਤਾਂ ਮੈਂ ਸੈਂਟ ਕੇਅਰ ਕਾਲਜ ਦਾ ਜਿਹੜਾ ਮੇਨ ਕੈਂਪਸ ਆ ਸਾਊਥ ਕੈਂਪਸ ਵਿੰਡਸਰ 'ਚ ਉੱਚਾ ਮੈਂ, ਅਤੇ ਸੈਂਟ ਕੇਅਰ ਦੇ ਹੋਰ ਵੀ ਜਿਹੜੇ ਹੈਗੇ ਆ ਕੈਂਪਸ, ਉਹ ਇੱਕ ਤਾਂ ਡਾਊਨਟਾਊਨ ਕੈਂਪਸ ਆ ਉਹ ਵਿੰਡਸਰ 'ਚ ਹੀ ਆ, ਅਤੇ ਇੱਕ ਹੋਰ ਕੈਂਪਸ ਆ ਉਹ ਚੈਥਮ 'ਚ ਆ, ਅਤੇ ਟੋਰੋਂਟੋ 'ਚ ਵੀ ਹੈਗਾ ਪਰ ਉਹ ਦੂਜੇ ਇੰਨੇ ਵੱਡੇ ਨਹੀਂ ਆ, ਮੇਨ ਕੈਂਪਸ ਆਹੋ ਹੀ ਆ। ਅਤੇ ਇੱਕ ਹੋਰ ਇੱਥੇ ਕਾਲਜ ਯੂਨੀਵਰਸਿਟੀ ਆਫ ਵਿੰਡਸਰ, ਹਾਂ ਯੂਨੀਵਰਸਿਟੀ ਆ। ਅਤੇ ਜੇ ਵੇਖਿਆ ਜਾਵੇ ਤਾਂ ਇੱਥੇ ਜ਼ਿਆਦਾਤਰ ਬੱਚੇ ਦੇ ਇਹ ਹੁੰਦੇ ਆਪਣੇ ਸੈਂਟ ਕਲੇਅਰ ਮੇਨ ਕੈਂਪਸ 'ਚ, ਸੈਂਟ ਕਲੇਅਰ ਮੇਨ ਕੈਂਪਸ ਦੀਆਂ ਜ਼ਿਆਦਾਤਰ ਕੋਰਸਿਸ ਦੀਆਂ ਕਲਾਸਾਂ 5 ਦਿਨ ਹੀ ਹੁੰਦੀਆਂ, ਪਰ ਯੂਨੀਵਰਸਿਟੀ ਆਫ ਵਿੰਡਸਰ 'ਚ 2-3 ਦਿਨ ਇੱਦਾਂ ਹੁੰਦੀਆਂ ਕਲਾਸਾਂ, ਅਤੇ ਕਲਾਸਿਸ ਦਾ ਥੋੜ੍ਹਾ ਚੱਕਰ ਹੈ ਇੱਥੇ, ਤਾਂ ਕਰਕੇ ਕੰਮ ਦਾ ਵੀ ਥੋੜ੍ਹਾ ਔਖਾ ਹੁੰਦਾ ਹੈ। ਪਰ ਟੋਰੋਂਟੋ ਬਰੈਂਪਟਨ ਵਾਲੀ ਸਾਈਡ ਉੱਥੇ ਜਿਹੜੇ ਵੀ ਕਾਲਜ ਆ ਉਹਨਾਂ ਦੇ ਉਹੀ 2-3 ਦਿਨ ਹੀ ਕਲਾਸਾਂ ਹੁੰਦੀਆਂ ਹੈ, ਮਤਲਬ ਜਿੱਦਾਂ 2 ਦਿਨ ਔਫਲਾਈਨ ਹੋ ਗਿਆ 1 ਦਿਨ ਔਨਲਾਈਨ, ਇੱਦਾਂ ਚੱਲਦਾ ਉਹਨਾਂ ਦੇ, ਤਾਂ ਕਰਕੇ ਉੱਥੇ ਥੋੜ੍ਹਾ ਸਹੀ ਰਹਿੰਦਾ ਹੈ। ਬਾਕੀ ਹੋਰ ਪੜ੍ਹਾਈ ਦੀ, ਇੱਥੇ ਪੜ੍ਹਾਈ ਇਹੋ ਜਿਹੀ ਆ, ਬਹੁਤ ਮੁੰਡਿਆਂ ਦੇ ਮੈਸੇਜ ਆਏ ਸੀ ਮੈਨੂੰ ਵੀ ਪੜ੍ਹਾਈ ਕਿੱਦਾਂ ਹੈ, ਸੌਖੀ ਆ ਜਾਂ ਟਫ ਆ ਕਿੱਦਾਂ ਹੈ,
ਉਨੀ ਜ਼ਿਆਦਾ ਡਿਫੀਕਲਟ ਨਹੀਂ ਆ। ਜੇ ਥੋੜ੍ਹਾ ਜਿਹਾ ਧਿਆਨ ਤੁਸੀਂ ਦੇ ਲਓਗੇ ਤਾਂ ਹੋ ਜੂਗਾ ਆਰਾਮ ਨਾਲ, ਇੰਨਾ ਕੋਈ ਚੱਕਰ ਨਹੀਂ ਆ। ਅਤੇ ਅਸਾਈਨਮੈਂਟ ਵਾਲੀ ਵੀ ਤੁਹਾਨੂੰ ਲੈਪਟੋਪ ਵੀ ਲਿਆਉਣ ਦੀ ਮੈਨੂੰ ਲੱਗਦਾ ਨਹੀਂ ਲੋੜ ਹੈਗੀ ਆ। ਮੇਰੇ ਕੋਰਸ 'ਚ ਤਾਂ ਨਹੀਂ ਹੈ ਕਿਉਂਕਿ ਮੇਰਾ ਮਕੈਨੀਕਲ ਦਾ ਕੋਰਸ ਆ, ਅਤੇ ਸਾਨੂੰ ਪ੍ਰੈਜੈਂਟੇਸ਼ਨ ਵਗੈਰਾ ਉਦੋਂ ਵੀ ਜ਼ਿਆਦਾ ਬਣਾਉਣੀ ਨਹੀਂ ਪੈਂਦੀ, ਅਤੇ ਅਸੀਂ ਤਾਂ ਉੱਥੇ ਕੰਪਿਊਟਰ ਲੈਬ ਹੈਗੀ ਕਾਲਜ, ਉੱਥੇ ਹੀ ਕਰ ਲਈਏ ਅਸਾਈਨਮੈਂਟ। ਪਰ ਜਿਹੜੇ ਹਾਂ ਜਿਨ੍ਹਾਂ ਦਾ ਕੰਪਿਊਟਰ ਰਿਲੇਟਡ ਕੋਰਸ ਆ ਉਹ ਲੈ ਕੇ ਆਉਣਗੇ ਤਾਂ ਫਾਇਦਾ ਹੀ ਰਹੂਗਾ ਉਹਨਾਂ ਲਈ, ਕਿਉਂਕਿ ਅਸਾਈਨਮੈਂਟ ਵਗੈਰਾ ਉਹ ਘਰ ਵੀ ਬਣਾ ਸਕਦੇ, ਨਾਲੇ ਉਹਨਾਂ ਦੀਆਂ ਅਸਾਈਨਮੈਂਟਾਂ ਨੂੰ ਜ਼ਿਆਦਾ ਟਾਈਮ ਲੱਗਦਾ ਹੈ, ਤਾਂ ਕਰਕੇ ਉਹਨਾਂ ਲਈ ਥੋੜ੍ਹਾ ਈਜ਼ੀ ਹੋ ਜੂਗਾ। ਕਿਉਂਕਿ ਕਾਲਜ 'ਚ ਉਹੀ ਬ੍ਰੇਕ ਹੁੰਦਾ ਇੱਕ ਦੋ ਘੰਟੇ ਦਾ, ਉਹ 'ਚ ਫਿਰ ਉੱਥੇ ਬਹਿ ਕੇ ਪ੍ਰੈਜੈਂਟੇਸ਼ਨ ਬਣਾਉਣੀ ਉਹ ਥੋੜ੍ਹਾ ਔਖਾ ਹੁੰਦਾ ਹੈ। ਜੇ ਛੋਟੀ ਜਿਹੀ ਅਸਾਈਨਮੈਂਟ ਹੈ ਫਿਰ ਤਾਂ ਚਲੋ ਬੰਦਾ ਕਰ ਲੈਂਦਾ, ਸਾਡੀਆਂ ਨੋਰਮਲ ਹੀ ਹੁੰਦੀਆਂ ਤਾਂ ਕਰਕੇ ਅਸੀਂ ਉੱਥੇ ਕਰ ਲਈ ਦੀਆਂ। ਅਤੇ ਬਾਕੀ ਉਹੀ ਪੜ੍ਹਾਈ 'ਚ ਥੋੜ੍ਹਾ ਜਿਹਾ ਧਿਆਨ ਦੇ ਲਓਗੇ ਤਾਂ ਨਿਕਲ ਜੂਗਾ, ਇੱਦਾਂ ਵੀ ਕੋਈ ਵੱਡੀ ਗੱਲ ਨਹੀਂ ਆ। ਕਿਉਂਕਿ ਇੰਡੀਆ ਹੁਣ ਮੈਂ CBSE ਤੋਂ ਬਣਿਆ, ਅਤੇ ਇੰਡੀਆ ਜੋ ਮੈਂ 8th 9th 'ਚ ਪੜ੍ਹਿਆ ਉਹ ਮੈਂ ਇੱਥੇ ਆ ਕੇ ਹੁਣ ਪੜ੍ਹ ਲਿਆ, ਤਾਂ ਕਰਕੇ ਪੜ੍ਹਾਈ ਦਾ ਇੰਨਾ ਕੋਈ ਚੱਕਰ ਨਹੀਂ ਆ। ਬਸ ਥੋੜ੍ਹਾ ਜਿਹਾ ਧਿਆਨ ਦੇ ਲਓਗੇ ਤਾਂ ਪੜ੍ਹਾਈ ਨਿਕਲ ਜੂਗੀ। ਅਤੇ ਬਾਕੀ ਇੱਕ ਸੈਸ਼ਨ ਹੋਰ ਸਟਾਰਟਿੰਗ 'ਚ ਜਦੋਂ ਵੀ ਆਓ, ਜਿੰਨਾ ਚਿਰ ਤੁਹਾਨੂੰ ਕੰਮ ਨਹੀਂ ਮਿਲਦਾ, ਮਤਲਬ ਕੰਮ ਤਾਂ ਲੱਭਣਾ ਹੀ ਹੈ ਤੁਸੀਂ ਆ ਕੇ, ਉਹ ਤਾਂ ਲੱਭਦੇ ਹੀ ਰਹਿਣਾ ਹੈ, ਪਰ ਜਿੰਨਾ ਚਿਰ ਤੁਹਾਨੂੰ ਕੰਮ ਨਹੀਂ ਮਿਲਦਾ ਤੁਸੀਂ ਮਿਲ ਲਿਓ, ਅਤੇ ਆਪਣੇ ਜਿਹੜੇ ਛੋਟੇ ਛੋਟੇ ਕੰਮ ਆ ਉਹ ਸਾਰੇ ਨਿਬੇੜ ਲਓ, ਜਿੱਦਾਂ ਲਾਇਸੈਂਸ ਬਣਾਉਣਾ, ਅਕਾਊਂਟ ਵਗੈਰਾ ਓਪਨਿੰਗ ਕਰਾਉਣਾ, ਉਹ ਸਭ ਕੰਮ ਨਿਬੇੜ ਲਓ। ਕਿਉਂਕਿ ਬਾਅਦ ਚੋਂ ਫਿਰ ਇੱਕ ਵਾਰੀ ਕੰਮ ਮਿਲ ਜਾਂਦਾ ਫਿਰ ਤੁਹਾਨੂੰ ਟਾਈਮ ਨਹੀਂ ਮਿਲਦਾ, ਫਿਰ ਬਹੁਤ ਔਖਾ ਹੋ ਜਾਂਦਾ ਹੈ। ਅਤੇ ਲਾਇਸੈਂਸ ਜੇ ਤੁਹਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਹੋਊਗਾ ਤਾਂ ਉਹਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ, ਕਿਉਂਕਿ ਇੱਥੇ ਆਉਂਦੇ ਹੀ ਫਿਰ ਤੁਸੀਂ ਜੀ ਬਣਾ ਸਕਦੇ ਹੋ, ਅਤੇ ਜੇ ਤੁਹਾਡਾ ਜੀ ਬਣ ਜੂਗਾ ਫਿਰ ਉਹ ਤੋਂ ਬਾਅਦ 'ਚ ਭਾਵੇਂ ਤੁਸੀਂ ਕੋਈ $2,000-2,500 ਦੀ ਗੱਡੀ ਲੈ ਲਓ, ਉੱਥੇ ਰਾਈਡਾਂ ਵਗੈਰਾ ਲਾਈ ਜਾਓ, ਤਾਂ ਵੀ ਤੁਹਾਡਾ ਆਪਣਾ ਖਰਚਾ ਨਿਕਲ ਜਾਂਦਾ। ਇਹ ਬਹੁਤ ਫਾਇਦਾ ਹੋ ਜਾਂਦਾ ਜੀ ਲਾਇਸੈਂਸ ਹੋਣ ਦਾ। ਅਤੇ ਨਾਲੇ ਜਿਨ੍ਹਾਂ ਕੋਲ ਜੀ ਲਾਇਸੈਂਸ ਹੁੰਦਾ ਉਹਨਾਂ ਲਈ ਜੋਬ ਓਪਰਚੁਨਿਟੀਜ਼ ਵੀ ਜ਼ਿਆਦਾ ਹੁੰਦੀਆਂ, ਕਿਉਂਕਿ ਡਿਲੀਵਰੀ ਦਾ ਕੰਮ ਆ, ਬਾਕੀ ਉਬਰ ਈਟਸ ਸਕਿੱਪ ਉਹ ਸਭ ਚੱਲ ਜਾਂਦਾ, ਅਤੇ ਉਹਨਾਂ ਲਈ ਜੋਬ ਓਪਰਚੁਨਿਟੀਜ਼ ਬਣ ਜਾਂਦੀਆਂ। ਪਰ ਜੇ ਲਾਇਸੈਂਸ ਨਹੀਂ ਹੈਗਾ ਫਿਰ ਥੋੜ੍ਹਾ ਔਖਾ ਹੁੰਦਾ, ਸਭ ਜੋਬਸ ਨਹੀਂ ਮਿਲਦੀਆਂ। ਅਤੇ ਵੇਟ ਤੁਹਾਨੂੰ ਪਹਿਲਾਂ ਜੀਵਨ ਬਣਾਓਗੇ ਇੱਥੇ ਆ ਕੇ, ਫਿਰ ਤੁਹਾਨੂੰ 8 ਮਹੀਨੇ ਵੇਟ ਕਰਨਾ ਪਊਗਾ, ਉਹ ਤੋਂ ਬਾਅਦ 'ਚ ਤੁਸੀਂ ਜੀ ਟੂ ਦਾ ਰੋਡ ਟੈਸਟ ਦੇ ਸਕਦੇ ਹੋ, ਤਾਂ ਕਰਕੇ ਬਹੁਤ ਜ਼ਿਆਦਾ ਵੇਟ ਹੋ ਜਾਂਦਾ ਹੈ। ਅਤੇ ਇਹ ਵੀ ਆ ਐਕਸਟ੍ਰੈਕਟ ਵਗੈਰਾ ਆਪਣਾ ਇੰਡੀਆ ਤੋਂ ਲੈ ਕੇ ਆਓ, ਅਤੇ ਉਹਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਇੱਥੇ ਆ ਕੇ। ਅਤੇ ਬਾਕੀ ਮੇਰਾ ਜੇ ਤੱਕ ਦਾ ਐਕਸਪੀਰੀਅੰਸ ਤੁਹਾਨੂੰ ਦੱਸਾਂ, ਤਾਂ ਮੈਂ ਜਦੋਂ ਸਟਾਰਟਿੰਗ 'ਚ ਆਇਆ ਸੀ ਮੈਨੂੰ ਇੱਕ ਮੁੰਡਾ ਇੱਥੇ ਵਿੰਡਸਰ ਆ ਕੇ ਛੱਡ ਗਿਆ ਸੀ, ਉਹਦਾ ਵੀ ਆਪਣਾ ਕੰਮ ਹੀ, ਉਹ ਵੀ ਮਤਲਬ PR ਆ, ਉਹ ਇੰਡੀਆ ਚਲ ਗਿਆ ਸੀ ਵਾਪਸ, ਅਤੇ ਉੱਥੋਂ ਨਵਾਂ ਹੀ ਆਇਆ ਸੀ ਉਹ ਮੇਰੇ ਤੋਂ 4-5 ਦਿਨ ਪਹਿਲਾਂ ਹੀ, ਤਾਂ ਕਰਕੇ ਉਹਦੇ ਆਪਣੇ ਕੰਮ ਸੀ ਅਤੇ ਉਹ ਮੈਨੂੰ ਛੱਡ ਕੇ ਚੱਲ ਗਿਆ ਸੀ ਫਿਰ। ਪਰ ਬਹੁਤ ਹੈਲਪ, ਉਹੀ ਬਹੁਤ ਹੁੰਦਾ ਵੀ ਇੱਕ ਬੰਦਾ ਤੁਹਾਨੂੰ ਏਅਰਪੋਰਟ ਤੋਂ ਲੈ ਕੇ ਇੱਥੇ ਤੱਕ ਛੱਡ ਗਿਆ, ਉਹੀ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਆ। ਅਤੇ ਉਹ ਤੋਂ ਬਾਅਦ 'ਚ ਉਹੀ ਸਟਾਰਟਿੰਗ ਦੇ 10-15 ਦਿਨ ਤਾਂ ਔਖਾ ਸੀ, ਕਿਉਂਕਿ ਸਾਰਾ ਕੁਛ ਕਰਾਉਣਾ ਸੀ, ਕੁਛ ਪਤਾ ਨਹੀਂ ਕਿੱਦਾਂ ਕਰਨਾ ਹੈ ਕੀ ਕਰਨਾ ਹੈ, ਪਰ ਉਹੀ ਹੌਲੀ ਹੌਲੀ ਟਾਈਮ ਦੇ ਨਾਲ ਨਾਲ ਸਭ ਹੋ ਜਾਂਦਾ ਹੈ। ਉਸ ਤੋਂ ਬਾਅਦ 'ਚ ਫਿਰ ਕੰਮ ਕੁੰਮ ਲੱਭਿਆ, ਚਲੋ ਕੰਮ ਵੀ ਮਿਲ ਗਿਆ ਵਧੀਆ, ਇਹ ਵੀ ਚੰਗੀ ਗੱਲ ਆ, ਕਿਉਂਕਿ ਮਿਲ ਨਹੀਂ ਰਿਹਾ, ਜਿਹੜੇ ਮੇਰੇ ਨਾਲ ਦੇ ਦੋਸਤ ਵਗੈਰਾ ਕਿਸੇ ਨੂੰ ਕੰਮ ਨਹੀਂ ਮਿਲ ਰਿਹਾ, ਕੋਈ ਇੱਕ ਅੱਧਾ ਹੀ ਆ ਜਿਹਨੂੰ ਮਿਲਿਆ ਹੈ, ਤਾਂ ਕਰਕੇ ਕੰਮ ਦਾ ਥੋੜ੍ਹਾ ਔਖਾ ਹੈ ਇੱਥੇ ਅੰਮ੍ਰਿਤਸਰ 'ਚ। ਪਰ ਬਾਕੀ ਓਵਰਆਲ ਅਜੇ ਤੱਕ ਦਾ ਐਕਸਪੀਰੀਅੰਸ ਸਹੀ ਰਿਹਾ, ਅਤੇ ਇੱਕ ਵਾਰੀ ਤੁਹਾਨੂੰ ਕੰਮ ਮਿਲ ਜਾਂਦਾ, ਕਾਲਜ ਸ਼ੁਰੂ ਹੋ ਜਾਂਦਾ, ਫਿਰ ਟਾਈਮ ਬਹੁਤ ਛੇਤੀ ਜਾਂਦਾ, ਤੁਹਾਨੂੰ ਪਤਾ ਨਹੀਂ ਲੱਗਦਾ ਇੱਥੇ। ਮੈਨੂੰ ਹੁਣ ਵੇਖ ਲਓ ਮੇਰਾ ਫਸਟ ਸਮੈਸਟਰ ਖਤਮ ਹੋਣ ਵਾਲਾ, ਬਸ 1-1.5 ਮਹੀਨਾ ਹੋ ਰਿਹਾ, ਅਤੇ ਮੈਨੂੰ ਪਤਾ ਨਹੀਂ ਲੱਗਾ ਬਹੁਤ ਛੇਤੀ ਟਾਈਮ ਜਾਂਦਾ। ਅਤੇ ਪਿੱਛੇ ਜਿਹੜਾ ਮਿਊਜ਼ਿਕ ਚੱਲਣ ਰਿਹਾ ਉਹਦੇ ਲਈ ਸੋਰੀ, ਜੇ ਤੁਹਾਨੂੰ ਆਵਾਜ਼ ਵਿੱਚ ਘੱਟ ਆਉਂਦੀ ਥੋੜ੍ਹੀ ਜਿਹੀ ਉਹਦੇ ਲਈ ਸੋਰੀ। ਅਤੇ ਬਸ ਇੰਨੀ ਕੁ ਵੀਡੀਓ ਹੀ ਮੈਨੂੰ ਜੋ ਹੁਣ ਤੱਕ ਪਤਾ ਲੱਗਾ ਮੈਂ ਤੁਹਾਨੂੰ ਦੱਸਤਾ, ਹੁਣ ਮੈਂ ਵੀ ਨਹੀਂ ਆਉਂਦਾ ਵੀ ਜੋ ਮੈਂ ਆਖਿਆ ਬਿਲਕੁਲ ਸਹੀ ਆ ਬਿਲਕੁਲ ਗਲਤ ਆ, ਜੋ ਮੈਨੂੰ ਅਜੇ ਤੱਕ ਲੱਗਾ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੁਹਾਡੇ ਨਾਲ। ਅਤੇ ਬਸ ਬਾਕੀ ਤੁਸੀਂ ਆਓਗੇ ਤਾਂ ਤੁਹਾਨੂੰ ਆਪੇ ਪਤਾ ਲੱਗ ਹੀ ਜਾਊਗਾ। ਹਾਂਜੀ, ਅਤੇ ਇੱਕ ਚੀਜ਼ ਹੋਰ, ਜੇ ਤੁਹਾਡਾ ਕੋਈ ਨਹੀਂ ਹੈਗਾ ਤੁਹਾਨੂੰ ਮਤਲਬ ਬਰੈਂਪਟਨ ਤੋਂ ਜਾਂ ਟੋਰੋਂਟੋ ਤੋਂ ਇੱਥੇ ਛੱਡਣ ਵਾਲਾ, ਕਿਉਂਕਿ ਜਦੋਂ ਕੋਈ ਵੀ ਨਵਾਂ ਆਉਂਦਾ ਹੈ ਤਾਂ ਏਅਰਪੋਰਟ ਤੋਂ ਫਿਰ ਉਹ ਟੈਕਸੀ ਵਗੈਰਾ ਬੁੱਕ ਕਰਦਾ, ਅਤੇ ਉਹਦੇ ਲਈ ਜਦੋਂ ਸਟਾਰਟਿੰਗ 'ਚ ਕੋਈ ਆਉਂਦਾ ਤਾਂ ਉਹਨੂੰ ਪਤਾ ਨਹੀਂ ਹੁੰਦਾ ਕਿ ਰੇਟਸ ਵਗੈਰਾ ਕੀ ਆ, ਤਾਂ ਕਰਕੇ ਬਹੁਤ ਜ਼ਿਆਦਾ ਪੈਸੇ ਵੀ ਲੈ ਲੈਂਦੇ ਉਹਦੇ ਕੋਲੋਂ। ਅਤੇ ਰਾਈਡਾਂ ਚੱਲਦੀਆਂ ਉਹ ਬੁੱਕ ਕਰਾ ਲਓ ਤੁਸੀਂ, $40-45-50 ਇਹ 'ਚ ਰਾਈਡ ਆ ਜਾਂਦੀ ਹੈ ਟੋਰੋਂਟੋ ਤੋਂ ਲੈ ਕੇ ਵਿੰਡਸਰ ਤੱਕ, ਅਤੇ ਤੁਹਾਡੇ ਬੈਗਸ ਵਗੈਰਾ ਤੋਂ ਹੋ ਸਕਦਾ $5-10 ਆਣ ਲੈ ਲਏ ਜੇ ਲੈਂਦੇ ਆ, ਅਤੇ ਉਹ ਦੇਣੇ ਹੁੰਦੇ ਆ, ਅਤੇ ਉਹ ਤੋਂ ਜ਼ਿਆਦਾ ਕੋਈ ਲੈਂਦਾ ਤਾਂ ਪਲੀਜ਼ ਨਾ ਦਿਓ। ਰਾਈਡਸ ਵਗੈਰਾ ਆਪਣੀਆਂ ਪਹਿਲਾਂ ਹੀ ਬੁੱਕ ਕਰ ਲਿਓ, ਜੇ ਕਿਸੇ ਨੂੰ ਨਹੀਂ ਪਤਾ ਕਿੱਦਾਂ ਕਰਨੀਆਂ ਤੁਸੀਂ ਮੈਨੂੰ ਟੈਕਸਟ ਕਰ ਦਿਓ ਇੰਸਟਾ 'ਤੇ ਜਾਂ ਕਿਤੇ ਵੀ ਸਨੈਪ 'ਤੇ, ਮੈਂ ਤੁਹਾਡੇ ਲਈ ਬੁੱਕ ਕਰ ਦੂੰਗਾ, ਉਹਦੀ ਕੋਈ ਦਿੱਕਤ ਨਹੀਂ ਹੈ, ਜਾਂ ਪੁੱਛ ਲਿਓ ਕਿੱਦਾਂ ਬੁੱਕ ਕਰਨੀ, ਮੈਂ ਤੁਹਾਨੂੰ ਦੱਸ ਦੂੰਗਾ। ਅਤੇ ਪਰ ਇਹੋ ਹੀ ਆ, ਫਾਲਤੂ ਜ਼ਿਆਦਾ ਪੈਸੇ ਨਾ ਦੇ ਕੇ ਆਇਓ, ਜਿੰਨੇ ਬਚਾ ਸਕਦੇ ਬਚਾ ਲਿਓ। ਹਾਂਜੀ, ਅਤੇ ਹੋਰ ਜੇ ਕਿਤੇ ਵੀਡੀਓ ਖਤਮ ਕਰਨ ਤੋਂ ਬਾਅਦ ਸਾਰੀਆਂ ਚੀਜ਼ਾਂ ਯਾਦ ਆਉਣ ਡੀਆਂ, ਬਸ ਇੱਦਾਂ ਹੀ ਹੈ, ਜੋ ਜੋ ਮੈਨੂੰ ਯਾਦ ਆਉਂਦਾ ਜਾਣ ਡਿਆ ਮੈਂ ਦੱਸਦਾ ਜਾਣ ਡਿਆ, ਕਿਉਂਕਿ ਮੈਂ ਕੋਈ ਇੱਥੇ ਲਿਸਟ ਬਣਾ ਕੇ ਨਹੀਂ ਬੈਠਾ, ਆਪਣਾ ਦੱਸਣ ਡਿਆ ਜੋ ਜੋ ਹੁੰਦਾ ਹੈ। ਤਾਂ ਕਰਕੇ ਜੇ ਤੁਹਾਨੂੰ ਰੂਮ ਦੀ ਵੀ ਦਿੱਕਤ ਆ, ਵਿੰਡਸਰ
ਅਤੇ ਰੂਮ ਤੁਹਾਡਾ ਉੱਥੇ ਬੁੱਕ ਹੋ ਜੂਗਾ, ਉੱਥੇ ਇਮੇਜਸ ਵਗੈਰਾ ਵੀ ਹੁੰਦੀਆਂ ਅਤੇ ਉੱਥੋਂ ਤੁਸੀਂ ਵੇਖ ਸਕਦੇ ਹੋ, ਤੁਹਾਨੂੰ ਰੂਮ ਦੀ ਕੋਈ ਟੈਨਸ਼ਨ ਨਹੀਂ ਹੋਊਗੀ, ਠੀਕ ਹੈ। ਅਤੇ ਕੋਈ ਦਿੱਕਤ ਨਹੀਂ ਹੋਊਗੀ, ਮਤਲਬ ਕਿਸੇ ਨੂੰ ਆਖਿਆ ਉਹਨੇ ਪਤਾ ਨਹੀਂ ਕਿਹੋ ਜਿਹਾ ਰੂਮ ਵੇਖਿਆ, ਤੁਸੀਂ ਡਾਇਰੈਕਟ ਆਪ ਗੱਲ ਕਰ ਲਓ, ਜਿਹੜਾ ਤੁਹਾਡਾ ਲੈਂਡਲੋਰਡ ਹੋਊਗਾ ਉਹਦੇ ਨਾਲ ਆਪੇ ਗੱਲ ਕਰ ਲਓ, ਅਤੇ ਉਹ ਫਾਇਦਾ ਰਹੂਗਾ। ਆਪ ਆਪਣਾ ਰੂਮ ਬੁੱਕ ਕਰ ਲਓ ਜਿੰਨਾ ਤੁਹਾਨੂੰ ਚਾਹੀਦਾ, ਪ੍ਰਾਈਵੇਟ ਜਾਂ ਸ਼ੇਅਰਿੰਗ, ਉੱਥੇ ਹਰ ਇੱਕ ਤਰੀਕੇ ਦਾ ਹੁੰਦਾ। ਨਹੀਂ ਤਾਂ ਤੁਸੀਂ ਆਪਣੀ ਐਡ ਪਾ ਦਿਓ ਵੀ ਮੇਰਾ ਬਜਟ ਇੰਨਾ ਗਿਆ ਜਾਂ ਜੋ ਵੀ ਆ, ਤੁਹਾਨੂੰ ਆਪੇ ਕਾਲ ਆ ਜੂਗੀ, ਠੀਕ ਆ।